ਤਿੰਨ ਤੇ ਬਟਨ ਵੀ ਦੋਸਤਾਂ ਵੇਖਣੇ ਨੇ, ਚੰਗੀ ਸ਼ਾਨਦਾਰ ਪਹਿਲਵਾਨ ਖੂਬਸੂਰਤ ਝੋਟੀ ਹੈ, ਪੁੱਠਾ ਵੀ ਦੋਸਤਾਂ ਵੇਖ ਲੈਣਾ ਹੱਥ ਚੁੱਕਿਆ ਤੇ ਫਿਰ ਪੁੱਠੇ ਜਿੱਦਾਂ ਕੈਮਰਾ ਗਿਆ ਖਿਲਾਰੇ ਭਾਈ ਜਾਨ ਸਜਣਾ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਸੋਮਵਾਰ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਨੌਜਵਾਨ ਮਸ਼ਹੂਰ ਤੇ ਮਾਸ਼ਾਅੱਲਾ ਜੀ ਸਸਤੇ ਵਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਬਾਜਵਾ ਸਾਹਿਬ ਨੇ ਇੱਕ ਦਫ਼ਾ ਫਿਰ ਰਿਕਾਰਡ ਕਾਇਮ ਕੀਤਾ ਦੋਸਤਾਂ ਵਾਸਤੇ, 1, 2, 3, 4 ਨਹੀਂ ਬਲਕਿ 15 ਖੂਬਸੂਰਤ ਮੁਨਾਸਬ ਕੀਮਤ ਜਾਨਵਰ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 3 ਖੀਰੀਆਂ ਬੱਚੀਆਂ, ਇਸ ਤੋਂ ਇਲਾਵਾ 8 ਖੂਬਸੂਰਤ ਗਾਵਾਂ ਅਤੇ ਮਾਸ਼ਾਅੱਲਾ ਜੀ 4 ਮੱਝਾਂ ਵੀ ਸ਼ਾਮਲ ਨੇ। ਕਮ ਅਜ਼ ਕਮ ਕੀਮਤ ਜੀ 95,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ, ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ। ਬਲਾਲ ਸਾਹਿਬ ਆਪ ਜੀ ਸਾਹਮਣੇ ਜੀ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਬਲਾਲ ਸਾਹਿਬ ਕੀ ਹਾਲ, ਠੀਕ ਹੋ? ਹਾਂਜੀ ਠੀਕ ਠਾਕ, ਸ਼ੁਕਰ ਮਾਲ। ਮਾਸ਼ਾਅੱਲਾ ਜੀ ਸਿਲਸਿਲਾਵਾਰ ਵੀਡੀਓ ਵੇ, ਸਾਰੇ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ। ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ, ਗਾਉਂ ਚੌਕ ਫਲੋਰਾ, ਮੇਨ ਸਿਆਲਕੋਟ ਰੋਡ ਦੇ ਡੇਰਾ। ਚਵਿੰਡੇ ਤੋਂ ਵੀ ਕੋਈ ਭਰਾ 3 ਕਿਲੋਮੀਟਰ ਦੇ, ਸਿਆਲਕੋਟ ਵੱਲੋਂ ਆਏ ਭਾਗਵਾਲ ਦੇ 3 ਕਿਲੋਮੀਟਰ ਰੋਡ ਦੇ ਡੇਰਾ, ਡੇਰਾ ਸੂਬੇਦਾਰ ਫੱਕ ਦੇ ਨਾਲ ਮਸ਼ਹੂਰ। ਸੂਬੇਦਾਰ ਸਾਹਿਬ ਮੌਜੂਦ ਨੇ ਮਾਸ਼ਾਅੱਲਾ ਜੀ, ਜਾਨਵਰ ਕਾਫੀ ਜ਼ਿਆਦਾ ਨੇ, 15 ਜਾਨਵਰ ਨੇ। ਸੂਬੇਦਾਰ ਸਾਹਿਬ ਦਾ ਸ਼ਾਰਟ ਜਿਹਾ ਪੈਗਾਮ ਲੈਂਦੇ ਹਾਂ ਤੇ ਜਾਨਵਰਾਂ ਦੀ ਤਸੱਲੀ ਕਰਾ ਦਿੰਦੇ ਹਾਂ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਮੇਰੀ ਤਰਫੋਂ ਹੈ ਮੇਰੇ ਭਾਈ ਜਿਦਰਾਣਾ ਤੋਂ ਨੇ, ਆਈ ਸਾਹਿਬ ਪਸਰਾਵਾਂ, ਸੋਰੀ ਜਿਦਰਾਣ ਪਸਰਾਵਾਂ ਇਕੱਠੇ ਹੀ ਇਕੱਠੇ ਹੁੰਦੇ। ਕੀ ਨਾਮ ਆਪਣਾ? ਮੇਰਾ ਨਾਮ ਅਫਜ਼ਾਲ ਅਹਿਮਦ। ਅਫਜ਼ਾਲ ਅਹਿਮਦ ਜੀ, ਇਹਨਾਂ ਹੀ ਤਰਫੋਂ, ਇਹਨਾਂ ਦੇ ਬਰਖੁਦਾ ਹੀ ਤਰਫੋਂ, ਮੌਲਵੀ ਸਾਹਿਬ ਤਰਫੋਂ, ਉਹ ਮੇਰਾ ਬਰਖੁਦਾ ਹੀ ਤਰਫੋਂ, ਔੜ ਪੱਠੇ ਪਾਉਣਾ ਸ਼ੇਰ ਨੇ, ਇਰਫਾਨ ਦੀ ਤਰਫੋਂ, ਸਭ ਦੀ ਤਰਫੋਂ ਜੀ, ਸਲਾਮਾ ਅਲੈਕੁਮ ਜੀ। ਵਾਲੇਕੁਮ ਅਸਲਾਮ। ਫਰਾਜ਼ਾ ਨੇਕ ਨੀਤੀ ਨਾਲ ਕਾਰੋਬਾਰ ਕਰੋ ਅਤੇ ਮੇਰਾ ਮਾਲਕ ਸੋਹਣਾ ਆਪਣਾ ਸੋਹਣਾ ਕਰਮ ਕਰੀ ਰੱਖਦਾ। ਅਤੇ ਅੱਜ ਸ਼ਾਮ ਦੀਆਂ ਅਜ਼ਾਨਾਂ ਦਾ ਟਾਈਮ ਹੋ ਗਿਆ, ਅੱਜ ਪੈਗਾਮ ਜਿਹੜਾ ਨਾ ਉਹ ਸ਼ਾਰਟ ਹੀ ਸ਼ਾਰਟ ਇਹ ਕਿ ਜਿਹੜਾ ਬੰਦਾ ਨਾ ਇਹ ਮੁਖਤਲਿਫ ਕਿਸਮ ਦੀਆਂ ਲੋਕ ਦੋਸਤੀਆਂ ਯਾਰੀਆਂ ਕਰਦੇ ਨੇ, ਅਗਰ ਕਿਸੇ ਬੰਦੇ ਨੇ ਮੁਖਲਸ ਖਾਲਸ ਅਤੇ ਸੱਚੀ ਅਤੇ ਬਗੈਰ ਮਤਲਬ ਤੋਂ ਦੋਸਤੀ ਕਰਨੀ ਹੈ ਨਾ, ਉਹ ਆਪਣੇ ਮਾਂ ਪਿਓ ਨੂੰ ਕਰਨੀ। ਸ਼ੁਕਰ ਸੋਹਣਾ ਮੇਰਾ ਪੁੱਤਰ, ਮੌਲਾ ਜਿੰਝ ਕਰ ਇੰਝ ਕਰ, ਮੈਨੂੰ ਨਹੀਂ ਲੱਗਦਾ ਇਸ ਇਲਾਕੇ ਚੋਂ ਕੋਈ ਮੱਝ ਇਸ ਤਰ੍ਹਾਂ ਦੀ ਬਣੀ ਹੋਣੀ। ਮੈਨੂੰ ਮੱਝ ਮਿਲੇ ਇਸ ਤਰ੍ਹਾਂ, ਇਨਸ਼ਾਅੱਲਾ ਮਿਲਦੀਆਂ ਵੀ ਨੇ,
ਔਰ ਆਇੰਦਾ ਤੇ ਵੀ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਨੇ ਆ ਅੱਜ ਵੀ ਟਾਈਮ ਥੋੜਾ ਜਿਹਾ ਟਾਈਮ ਥੋੜਾ ਮੈਂ ਟਾਈਮ ਮੇਰੇ ਕੋ ਆਲਰੇਡੀ ਟਾਈਮ ਕੋਈ ਨਹੀਂ ਅੱਛਾ ਅੱਛਾ ਤੁਹਾਨੂੰ ਉਹ ਮਾਜ ਦੀ ਸਾਹਿਬ ਨੂੰ ਵੇਖਿਆ ਸਲਾਮ ਕਰਨ ਆਏ ਮਿਹਰਬਾਨੀ ਭਾਈ ਇਨਸ਼ਾਅੱਲਾ ਨੈਕਸਟ ਬਹੁਤ ਸ਼ੁਕਰੀਆ ਜੀ ਮੈਂ ਪਰਖੋਦਾਰੀ ਹੁਕਮ ਕਰਾਂ ਵੇ ਮੇਰੇ ਸੋਹਣੇ ਮਾਲਕ ਨੇ ਕਿੰਨਾ ਕਰਮ ਕੀਤਾ ਕਿੰਨੀ ਮਾਲਦਾਰੀ ਹੈ ਜੇ ਲਾਏਗਾ ਮੁੱਲ ਤੁੰਨ ਕੇ ਤੇ ਫਿਰ ਪੱਠੇ ਪਾਏਗਾ ਤੇ ਜੇ ਜਾਇਜ਼ ਰੱਖ ਕੇ ਜਾਏਗਾ ਤੇ ਆਪਣੇ ਆਪਣੇ ਘਰ ਜਾਣੀ ਚਾਹੀਦੀ ਪੱਠੇ ਨੇ ਕਿਤੇ ਮੁਲਾਜ਼ਮ ਹੀ ਪਾਣੇ ਸੁਣੋ ਸੁਣੋ ਸਹੀ ਜੇ ਜਾਇਜ਼ ਕਰੇਗਾ ਜਾਇਜ਼ ਤੇ ਕੀ ਹੋਏਗਾ ਇਹ ਆਪਣੇ ਆਪਣਾ ਘਰਾਂ 'ਚ ਜਾ ਕੇ ਖਾਣਗੇ ਜਿੱਥੇ ਜਿੱਥੇ ਇਹਨਾਂ ਦੇ ਘਰ ਜਿੱਥੇ ਇਹਨਾਂ ਦੇ ਘਰ ਨੇ ਠੀਕ ਸਹੀ ਗੱਲ ਕਰ ਰਿਹਾ ਨਾ ਸਹੀ ਗੱਲ ਆਹੋ ਤੇ ਇਹ ਬੰਦਾ ਵੀ ਇੱਕ ਸਾਡਾ ਗਏ ਆ ਛੁੱਟੀ ਆਰਜ਼ੀ ਨਾਲ ਲਿਆ ਆਵੇ ਤੇ ਦੂਜਾ ਜਿਹੜਾ ਨਾ ਭੁੱਖ ਲਿਆ ਆਵੇ ਉਹ ਆਰਜ਼ੀ ਲੱਟੀ ਆ ਗਰਮੀ ਗਰਮੀ ਲੱਗੀ ਤੇਬ ਸਾਹਿਬ ਦਾ ਬੜਾ ਵੱਡਾ ਫੈਨ ਨੇ ਅੱਜ ਹੀ ਜਾਣ ਤੇ ਉਹਦਾ ਵੀ ਥੋੜਾ ਸਾਹ ਸੌਖਾ ਹੋਏ ਆਓ ਜੀ ਬਿਸਮਿਲ੍ਲਾ ਬੜਾ ਸਾਹ ਮਰਨ ਮਾਰੋ ਜੀ ਮਿਹਰਬਾਨੀ ਮਾਰੋ ਆਮ ਆਸਮ ਸਾਹਿਬ ਆਏ ਨੇ ਜੀ ਆਸਮ ਭਾਈ ਕੀ ਹਾਲ ਹੈ ਤੁਹਾਡਾ ਠੀਕ ਠਾਕ ਭਾਈ ਜੀ ਸੁਣਾਓ ਜੀ ਬਲਾਲ ਸਾਹਿਬ ਅੱਜ ਹੀ ਸੂਈ ਹੈ ਹਾਂਜੀ ਭਰਾ ਸਾਹਿਬ ਕੁਝ 4 ਘੰਟੇ 3 ਘੰਟੇ ਹੋਏ ਨੇ ਸੂਈ 3 ਘੰਟੇ ਹੋ ਗਏ ਨੇ ਅੱਜ ਹੀ ਸੂਈ ਹੈ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਵੇਖ ਲੈਣਾ ਚੰਗਾ ਲਿਬਾਸ ਕਰ ਗਈ ਹੈ ਸੁਬਾਹ ਕਿਨਵਾ ਸੂਈ ਹੈ ਸੁਬਾਹ ਭਰਾ ਸਾਹਿਬ ਦੂਸਰਾ ਸੂਈ ਜੇ ਪਿੱਛੇ ਕੱਟੀ ਹੈ ਪਿੱਛੇ ਮਾਸ਼ਾਅੱਲਾ ਜੀ ਕੱਟੀ ਹੈ ਸੁਬਾਹ ਦੂਸਰਾ ਸੂਈ ਲਿਬਾਸ ਵੇਖਣੇ ਥਣ ਵੇਖਣੇ ਨੇ ਮੁਕੰਮਲ ਨਜ਼ਾਰਾ ਕਰਨਾ ਮਾਸ਼ਾਅੱਲਾ ਜੀ ਪੋੜੇ ਲੈ ਨਹੀਂ ਚੁੱਕੇ ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਭਾਈ ਇਹਦਾ ਚਿਹਰਾ ਸਾਹਮਣੇ ਕਰਿਓ ਜੀ ਬਿੱਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗ ਸੇਮ ਹੈ ਤੇ ਪਿੱਛੇ ਕੱਟੀ ਕਰਮਲੀਆਂ ਦੋਈ ਹੋ ਗਈਆਂ ਭਾਈ ਆਸਮ ਜ਼ਰਾ ਸਿੱਧੀ ਕਰਿਓ ਕੱਟੀ ਚਾਂਦੀ ਕੱਟੀਆਂ ਤੇ ਬੱਚੀਆਂ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਕੱਚਾ ਨਾੜੂ ਹੈ ਨਾੜੂ ਵੀ ਦੋਸਤਾਂ ਚੈੱਕ ਕਰਨਾ ਬਲਾਲ ਸਾਹਿਬ ਪਹਿਲੀ ਚੁਆਈ ਕਰਨੀ ਹੈ ਲੈ ਬਲਾਲ ਸਾਹਿਬ ਪਹਿਲੀ ਚੁਆਈ ਕਰਨੀ ਜਾਨ ਝੰਗਾ ਕੇ ਥਣ ਪਾਸ ਕੀਤੇ ਠੀਕ ਹੈ ਜਾਨ ਨੂੰ ਪਲਾਇਆ ਥਣ ਪਾਸ ਕਰ ਲਏ ਨੇ ਚੁਆਈ ਹਲੇ ਹੋਣੀ ਮਾਸ਼ਾਅੱਲਾ ਜੀ ਚਿਹਰੇ ਦੀ ਖੂਬਸੂਰਤੀ ਵੀ ਦੋਸਤਾਂ ਚੈੱਕ ਕਰਨੀ ਹੈ ਤੇ ਥਣ ਵੀ ਵੇਖਣੇ ਨੇ ਵਾਨਾ ਵੀ ਡੱਬਾ ਦਾ ਮਾਸ਼ਾਅੱਲਾ ਜੀ ਪਤਾ ਕਰ ਜੀ ਆ ਚੈੱਕ ਕਰੋ ਮਾਸ਼ਾਅੱਲਾ ਜੀ ਬੋਲਾ ਵੀ ਚਿੱਟਾ ਠੀਕ ਮਈਆਂ ਦਾ ਚਿੱਟਾ ਹੀ ਹੁੰਦਾ ਬੋਲਾ ਭਰਾ ਸਾਹਿਬ ਜੀ ਸੂਬੇਦਾਰ ਦੇਖਿਆ ਉਹ ਸੂਬੇਦਾਰ ਵੀ ਖੜਦਾ ਠੀਕ ਬੋਲਾ ਵੀ ਚਿੱਟਾ ਹੈ ਸੂਬੇਦਾਰ ਸੂਬੇਦਾਰ ਸਾਹਿਬ ਦਾ ਸਾਹਿਬ ਦਾ ਖੜ ਜਾਂਦਾ ਮਈਆਂ ਦਾ ਚਿੱਟਾ ਹੀ ਹੁੰਦਾ ਗਾਈਆਂ ਦਾ ਰਾਲਾ ਚੋਰੇ ਭਾਈਆਂ ਮਾਸ਼ਾਅੱਲਾ ਜੀ ਚੁਆਈ ਹਲੇ ਹੋਣੀ ਹੈ ਚੀਜ਼ ਖੂਬਸੂਰਤ ਹੈ ਵਾਨਾ ਡੱਬਾ ਲੈ ਧੁਨੀ ਦਾ ਵੀ ਨਿਸ਼ਾਨ ਹੀ ਹੈ ਮਾਸ਼ਾਅੱਲਾ ਜੀ ਖਾਣ ਵੀ ਦੋਸਤਾਂ ਚੈੱਕ ਕਰ ਲੈਣੇ ਨੇ ਅੱਜ ਹੀ ਸੂਈ ਹੈ ਕੋਈ 3-4 ਘੰਟੇ ਹੋ ਗਏ ਨੇ ਮਾਸ਼ਾਅੱਲਾ ਜੀ ਹੈ ਵੀ ਸੀਲ ਸ਼ਰੀਫ ਮੂੰਹ ਦੀ ਵੀ ਸਾਉ ਠੀਕ ਰਾਜ ਦੇਖੋ ਦੰਦ ਵੀ ਵਿਖਾਉਂਦੀ ਮਾਸ਼ਾਅੱਲਾ ਦੇਖੋ ਇਹ ਕੰਨੀਆਂ ਦੇ ਕੱਢਦੀ ਜੇ ਜੀ ਠੀਕ ਹੋ ਗਿਆ ਤੋਰੇ ਭਾਈ ਅਮਰ ਲਵੀ ਅੱਛਾ ਇੱਕ ਗੱਲ ਤੁਹਾਂ ਵੇਖੀ ਹੋਣ ਕਿ ਨਹੀਂ ਬੰਦੇ ਨੂੰ ਮਾਈ ਦਿੱਤੀ ਹੈ ਤੁਹਾਡੇ ਸਾਹਮਣੇ ਕੀ ਉਹਨੇ ਆਖਿਆ ਮੈਂ ਥਣਾ ਨੂੰ ਹੱਥ ਦੇ ਲਾਣਾ ਅੱਜ ਗਈ ਹੈ ਮਈ ਜੀ ਜੀ ਤੋਰੇ ਭਾਈ ਇੱਧਰ ਨੂੰ ਟੋਰੋ ਲਮੀ ਲੋ ਦੋਸਤੋ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਰਹੇ ਮਾਸ਼ਾਅੱਲਾ ਪਾਣੀ ਭਾਈ ਪੂਰਾ ਮੈਦਾਨ ਲਾਇਆ ਮਾਸ਼ਾਅੱਲਾ ਜੀ ਲੋ ਦੋਸਤੋ ਚੈੱਕ ਕਰ ਲਓ ਜੀ ਬਲਾਲ ਸਾਹਿਬ ਝੋਟੀ ਨੰਬਰ 1 ਦਾ ਰੇਟ ਮੁੱਲ ਤੇ ਫਰਾਸ ਸਾਹਿਬ ਦਾ 3,70,000 ਦਾ ਨਾ ਜੀ ਖੜਾਕ ਕਰਨਾ ਜੀ ਖੜਾਕ 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 3 ਵਾਰ ਜਿਹੜੀ ਗੱਲ ਨਾਲੇ ਪਿਓ ਆ ਗਏ ਉਹਦੇ ਜਰਾਬ ਦੀ ਰਜ਼ਾ ਹੋ ਜਾਂਦੀ ਯੈਸ ਤੇ ਨੋ ਵਾਲੀ ਗੱਲ ਹੋ ਗਈ 3,20,000 ਜ਼ਿੰਦਾਬਾਦ 3,20,000 ਹਾਏ ਫਰਾਸ ਸਾਹਿਬ ਜਿਹੜੀ ਗੱਲ ਪਿਓ ਆ ਕੇ ਨਾ ਉਹਦੇ ਚ ਮੇਰੇ ਸੋਹਣੇ ਮਾਲਕ ਦੀ ਰਜ਼ਾ ਵੀ ਸ਼ਾਮਲ ਹੈ ਖੜਾਕ ਫਰਾਸ ਸਾਹਿਬ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਨੰਬਰ ਇੱਥੇ ਚੱਕ ਰਾਈ ਕੀਮਤ ਡਿਮਾਂਡ 3,20,000 ਭਾਈ ਆ ਸਮਾਓ ਹੱਥ ਗੰਦੇ ਹੋਣੇ ਨੂੰ ਕੁਝ ਨਹੀਂ ਹੋ ਗਿਆ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਬੁਰੇ ਰੰਗ ਚ ਵਿਆਵੀ 5 ਕਿਲਿਆਂ ਖਲਾਰੇ ਭਾਈ ਜਨ ਇੱਥੇ ਜ਼ਰਾ ਮਾਸ਼ਾਅੱਲਾ ਜੀ ਚੌਵੇਂ ਪੈਰ ਤੋਂ ਚੈਨਰ ਵੇਲ ਕਾਫੀ ਹੈ ਥਾਣਵੀਂ ਦੋਸਤਾਂ ਚੈੱਕ ਕਰਾ ਦਿੰਦੇ ਆ ਕਿਨਵਾ ਸੁਆ ਸੂਈ ਹੈ ਜੀ ਸਾਹਿਬ ਦੂਸਰਾ ਸੁਆ ਸੁਆ ਦੂਸਰਾ ਸੂਈ ਹੈ ਤੂੰ ਨੀਵੀਂ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ ਕੋਲੀ ਵੀ ਚੈੱਕ ਕਰਨੀ ਹੈ ਭਾਈ ਅਮਰਾ ਦਾ ਚਿਹਰਾ ਸਾਹਮਣੇ ਕਰੋ ਮੁੱਛ ਬੱਗੀ ਚਿਹਰਾ ਸਾਹਮਣੇ ਕਰਿਓ ਬਿੱਲੀਆਂ ਅੱਖਾਂ ਨੇ ਨਹੀਂ ਇੱਕ ਕਾਲੀ ਤੇ ਇੱਕ ਬਿੱਲੀ ਹੈ ਮੁੱਛ ਬੱਗੀ ਤੇ ਬੱਗੀ ਮੁੱਛ ਹੈ ਮਾਸ਼ਾਅੱਲਾ ਜੀ ਅਗਲੇ ਪੈਰ ਵੀ ਤੂੰ ਚੇ ਨੇ ਪਿਛਲੇ ਵੀ ਤੂੰ ਚੇ ਨੇ 5 ਕਿਲਿਆਂ ਨੇ ਜਾ ਗਈ ਪਿੱਛੇ ਪਿੱਛੇ ਦੇ ਕੱਟਾ ਮਾਸ਼ਾਅੱਲਾ ਟੋਰੋ ਭਾਈ ਜਾਨ ਕਿਨਵਾ ਸੁਆ ਸੂਈ ਹੈ ਭਾਈ ਲੰਮੀ ਟੋਰਨੀ ਜਰਾ ਟੋਰ ਕੇ ਲਿਆਉਣੀ ਸੁਆ ਸੂਈ ਜੇ ਸੁਆ ਦੂਸਰਾ ਸੂਈ ਹੈ ਕਿਦੋਂ ਦੀ ਸੂਈ ਹੈ ਬਲਾਲ ਸਾਹਿਬ ਦਿਹਾੜੇ ਨਾਲ 5-5 4-5 ਦਿਨ ਹੋ ਗਏ ਨੇ ਸੁਆ ਦੂਸਰਾ ਵੀ ਮਾਸ਼ਾਅੱਲਾ ਜੀ ਖੁਸ਼ਲ ਪੜੋ ਭਾਈ ਜਰਾ ਲਿਬਾਸ ਵੀ ਦੋਸਤਾਂ ਵੇਖ ਲੈਣਾ ਨੰਬਰ ਆ ਗਈ ਹੈ 2 ਤੇ ਕਿੰਨਾ ਕੁ ਦੁੱਧ ਬਲਾਲ ਸਾਹਿਬ ਦੇ ਕੋਲ ਦੁੱਧ ਫਰਾਸ ਸਾਹਿਬ
ਜਿਸ ਨਾਲ ਮਾਸ਼ਾਅੱਲਾ ਬਾਅਦ 14 ਕਿਲੋ ਵਕੀਏ ਤੇ ਭਜਦਾ ਪਰ ਗਲਤ ਬਿਆਨ ਨਹੀਂ 10 ਕਿਲੋ ਦੁੱਧ ਦੇ ਸਰ ਜ਼ਿੰਦਾਬਾਦ 10 ਕਿਲੋ ਦੁੱਧ ਦੀ ਗਰੰਟੀ ਹੋਏ ਦੀ ਸੁਬਾ ਦੂਸਰਾ ਹੋਏ 10 ਦਿਨ ਕੋਈ 5 ਕੋ ਹੋ ਗਏ ਨੇ ਪਿੱਛੇ ਦੇ ਕੱਟਾ ਮਾਸ਼ਾਅੱਲਾ ਜੀ ਜਾ ਵੇਖੋ ਮਾਸ਼ਾਅੱਲਾ ਬੁਰੇ ਰੰਗ ਚ ਵੀ ਰਵੇਲ ਝੋਟੀ ਦੀ ਕਾਫੀ ਇਹ ਨੰਬਰ ਆ ਗਈ 2 ਤੇ 5 ਕਲਿਆਂ ਤੇ ਆ ਵੀ ਬੁਰੇ ਰੰਗ ਚ ਬਾਈ ਟੋਲ ਜ਼ਰਾ ਲੰਮੀ ਅੱਟਾਂ ਛੇਟਾਂ ਸੁੱਟ ਕੇ ਅੱਲਾ ਦੇ ਘੁਣਾ ਝੋਟੀ 14 15 ਸਰ ਦੁੱਧ ਕਰੇਗੀ ਪਰ ਜਿਹੜਾ ਹਾਲ ਮੋ ਕਿਹਾ ਹਾਂ ਉਹੀ ਦੱਸ ਠੀਕ ਹੈ ਮਾਸ਼ਾਅੱਲਾ ਜੀ ਬਹਾਨਾ ਦਾ ਵੀ ਡੱਬਾ ਲੈ ਜੀ 5 ਕਲਿਆਂ ਨੂੰ ਮਹਾਨਾ ਵੀ ਡੱਬਾ ਲਾ ਤੇ ਆ ਵੀ ਬੁਰੇ ਰੰਗ ਚ ਰਾਜ ਸਾਹਿਬ 1 ਮਿੰਟ ਇੱਧਰ ਨੂੰ ਕਰੀਏ ਪ੍ਰਾਪਤ ਤੱਕ ਵੀ ਵੀਡੀਓ ਚਾਹ ਹੁਣ ਇਹਨਾਂ ਤੁਹਾਡੇ ਹੁੰਦਿਆਂ 5 ਮਿੰਟ ਪਹਿਲਾਂ ਮੱਝ ਲਈ ਹੈ ਮੈਂ ਜ਼ੋਰ ਲਾ ਰਿਹਾ ਕਿ ਮੈਂ ਦੇ ਥਣਾ ਨੂੰ ਹੱਥ ਲਾਓ ਕੀ ਆਖੇ ਭਾਸ ਨਹੀਂ ਜਾਣਾ ਕੀ ਵਜ੍ਹਾ ਚਾਚਾ ਜੀ ਯਕੀਨ ਹੈ ਮੈਨੂੰ ਜ਼ਬਰਦਸਤ ਜ਼ੋਰ ਲਾ ਰਿਹਾ ਮੈਂ ਕਿਹਾ ਦੁੱਧ ਵੀ ਥੋੜਾ ਜੀ ਨੇ ਉਹਨੇ ਕਿਹਾ ਜਿਹੜੀ ਗੱਲ ਕਰ ਲਈ ਹੈ ਉਹਦੇ ਵਿੱਚ ਦੋਨੇ ਬਰਵਾ ਕੰਮ ਨੇ ਹੁਣ ਪੈਸੇ ਲੈ ਕੇ ਆਏ ਨੇ ਤੁਹਾਡੇ ਹੁੰਦੇ ਮੈਂ ਉਹਨਾਂ ਲਈ ਤੇ ਮੈਂ ਕਿਹਾ ਚਲੋ ਠੀਕ ਉੱਥੇ ਬੈਹਨੇ ਚੱਲ ਆਓ ਜੀ ਬਲਾਲ ਸਾਹਿਬ ਝੋਟੀ ਨੰਬਰ 2 ਦਾ ਰੇਟ ਲਾਓ ਜੀ ਬਲਾਲ ਸਾਹਿਬ ਝੋਟੀ ਦਾ ਮੁੱਲ ਤੇ ਕਰਨਾ 3.5 ਲੱਖ ਭਰਾਵਾਂ ਦੀ ਭਰਾ ਸਾਹਿਬ ਖਿਦਮਤ ਕਰਨ ਜੀ ਬਲਾਲ ਸਾਹਿਬ ਮਿਹਰਬਾਨੀ ਬਾਈ ਆਸਾ ਮੈਂ ਜਾ ਕੇ ਕਰੋ ਮਾਸ਼ਾਅੱਲਾ ਜੀ ਅੱਜ ਦੀ ਵੀਡੀਓ ਦੀ ਖੂਬਸੂਰਤ ਪਹਿਲਵਾਨ ਕਾਦਾਵਰ ਵੱਡੀ ਜਸਾਮਤ ਵਾਲੀ ਝੋਟੀ ਹੈ ਕਾਲੀਆਂ ਖਾਨੇ ਦੋਹਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਜਾ ਕੇ ਕੱਟੀਏ ਪਿੱਛੇ ਮਾਸ਼ਾਅੱਲਾ ਜੀ ਨਾਲ ਵੀ ਸਾਹਮਣੇ ਨਜ਼ਰ ਆਉਂਦਾ ਪਿਆ ਕੱਟੀਏ ਪਿੱਛੇ ਕਿਨਵਾ ਸੁਆ ਸੂਈ ਹੈ ਜੀ ਸੁਬਾ ਦੂਸਰਾ ਮਾਸ਼ਾਅੱਲਾ ਜੀ ਜਿਹੜਾ ਚੈੱਕ ਕਰੋ ਜੀ ਜਿਹੜਾ ਮੈਦਾਨ ਥੱਲੇ ਲਾਇਆ ਦੋਸਤਾਂ ਉਹ ਵੀ ਚੈੱਕ ਕਰ ਲੈਣਾ ਨੰਬਰ ਆ ਗਈ ਹੈ 3 ਤੇ ਬਟਨ ਵੀ ਦੋਸਤਾਂ ਵੇਖਣੇ ਨੇ ਚੰਗੀ ਸ਼ਾਨਦਾਰ ਪਹਿਲਵਾਨ ਖੂਬਸੂਰਤ ਝੋਟੀ ਹੈ ਪੁੱਠਾ ਵੀ ਦੋਸਤਾਂ ਵੇਖ ਲੈਣਾ ਹੱਥ ਚੁੱਕਿਆ ਤੇ ਫਿਰ ਪੁੱਠੇ ਜਿੱਦਾਂ ਕੈਮਰਾ ਗਿਆ ਖਿਲਾਰੇ ਭਾਈ ਜਾਨ ਕਿਦੋਂ ਦੀ ਸੂਈ ਹੈ ਬਲਾਲ ਸਾਹਿਬ ਹੈ ਸਭ ਸੁਬਾ ਸੂਈ ਹੈ ਅੱਛਾ ਕੱਟੀ ਦਿੱਤੀ ਅੱਜ ਸੁਬਾ ਜਾਂ ਕੱਲ ਸੁਬਾ ਅੱਜ ਸੁਬਾ ਅੱਛਾ ਬੱਚਾ ਨਹੀਂ ਲਿਆ ਝੋਟੀ ਜਾ ਨਹੀਂ ਲਿਆ ਜਾ ਨਹੀਂ ਲਿਆ ਚੁਆਈ ਕੀਤੀ ਹੈ ਪਹਿਲੀ ਹਾਂ ਚੁਆਈ ਕੀਤੀ ਠੀਕ ਹੈ ਬੜਾ ਬੜਾ ਚੁਆਈ ਕੀਤੀ ਹੈ ਇਹ ਬਾਅਦ ਚ ਲੈ ਲੈਂਦੀ ਜਾਨ ਨੂੰ ਨਹੀਂ ਬਾਅਦ ਚ ਲੈਂਦੀ ਉਹ ਜੀ ਪਹਿਲਾਂ ਭਾਰੇ ਤੇ ਚੁਈ ਜੀ ਠੀਕ ਹੈ ਇੱਕ ਇਹਦੀ ਚੁਆਈ ਹੋਈ ਹੈ ਸੁਬਾ ਦੂਸਰਾ ਸੂਈ ਹੈ ਅੱਜ ਹੀ ਸੂਈ ਹੈ ਮਾਸ਼ਾਅੱਲਾ ਜੀ ਸਾਹਿਬ ਕਬੂਤਰਾਂ ਨਾਲ ਤੇ ਕੁੱਤਿਆਂ ਨਾਲ ਯਾਰ ਲੋਕ ਕਰ ਲੈ ਇੱਧਰ ਵੇਖੋ ਪਿੱਛੇ ਤੇ ਕੱਟੀ ਹੈ ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਵੇਖਣਾ ਐ ਚੈੱਕ ਕਰੋ ਜੀ ਠੀਕ ਭਾਈ ਲੈ ਚਲੋ ਮਾਸ਼ਾਅੱਲਾ ਜੀ ਸੋਹਣੇ ਪਾਵਰਫੁਲ ਥਣ ਲੱਗੇ ਨੇ ਚੁਆਈ ਦੀ ਇੱਕ ਹੀ ਹੋਈ ਹੈ ਬਲਾਲ ਸਾਹਿਬ ਪਹਿਲੀ ਚੁਆਈ 'ਚ ਕਿੰਨਾ ਬੋਲਾ ਕੱਢਿਆ ਪਹਿਲੀ ਚੁਆਈ 'ਚ ਕੋ 12 ਸਿਰ ਬੋਲਾ ਕੱਢਿਆ ਪਹਿਲੀ ਚੁਆਈ 'ਚ 12 ਸਿਰ ਜਾਨ ਨੂੰ ਪਲਾ ਕੇ ਜਾਨ ਨੂੰ ਪੈਂਦਾ 12 ਕਿਲੋ ਬੋਲਾ ਕੱਢਿਆ ਜੀ ਠੀਕ ਹੋ ਗਿਆ ਚਲੋ ਤੂੰ ਜੋ ਅੱਲਾ ਦਾਤ ਨੂੰ ਮਨਜ਼ੂਰ ਚੁਆਈ ਇੱਕ ਹੀ ਕੀਤੀ ਦੋਸਤਾਂ ਨੂੰ ਆਜ਼ਾਦ ਕਰਦੀ ਤੀ ਮਾਸ਼ਾਅੱਲਾ ਜੀ ਦੂਸਰੀ ਚੁਆਈ ਹੁਣ ਹੋਣੀ ਹੈ ਦੋਸਤ ਕਾਲ ਕਰਕੇ ਪੁੱਛ ਸਕਦੇ ਨੇ ਥਾਣੇ ਵੀ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ ਨੰਬਰ ਆ ਗਈ 3 ਤੇ ਚੰਗੀ ਕਰਦਾਵਰ ਪਹਿਲਵਾਨ ਝੋਟੀ ਹੈ ਪਿੱਛੇ ਤੇ ਕੱਟੀ ਹੈ ਮਾਸ਼ਾਅੱਲਾ ਜੀ ਆਓ ਜੀ ਬਲਾਲ ਸਾਹਿਬ ਰੋਜ਼ਾਨਾ ਦਾ ਟਾਈਮ ਹੈ ਜ਼ਰਾ ਟਾਈਮ ਨਾਲ ਦੱਸੋ ਰੇਟਾਂ ਦਾ ਦੋਸਤਾਂ ਕੀ ਕੀਮਤ ਹੈ ਜੀ ਖੜਾ ਕੀ ਕਰਿਓ ਰਾ ਸਾਹਿਬ ਜੀ ਝੋਟੀ ਬੱਚਾ ਲੈਂਦੀ ਮੁੱਲ ਤੇ ਕਰਨਾ 11 ਲੱਖ ਰੁਪਈਆ ਅੱਛਾ ਹਾਂ ਵੇਖੋ ਬਰੀ ਹੁਣ ਬੱਚਾ ਨਹੀਂ ਲਿਆ ਤੇ ਸਾਡੇ ਨਸੀਬ ਦੇ ਨਾਲ ਕੀ ਭਰਾ ਨੂੰ ਪਸੰਦ ਆਏ 4 ਲੱਖ ਤੇ 4 ਲੱਖ ਤੇ 40 ਹਜ਼ਾਰ ਨੰਬਰ ਝੋਟੀ ਨੰਬਰ 3 ਤੇ ਚੈੱਕ ਕਰਾਈਏ ਕੀਮਤ ਡਿਮਾਂਡ 4 ਲੱਖ 40 ਹਜ਼ਾਰ 10 ਲੱਖ ਹੁਣ ਸਾਡੇ ਨਸੀਬ ਨੇ ਬੱਚਾ ਨਹੀਂ ਲਿਆ ਤੇ ਨੁਕਸਾਨ ਨਹੀਂ ਹੋ ਦੇਣੀ ਚਲੋ ਕੋਈ ਨਹੀਂ ਲੈ ਪਹਿਲਾ ਦਿਨ ਬੱਚਾ ਨਹੀਂ ਲਿਆ ਕੋ ਨਾਲੇ ਫਿਰ ਕੀ ਹੋ ਗਿਆ ਪੁੱਤਰਾ 440 ਦੀ ਕੀ ਅੱਗੇ ਬਾਈ ਲਾਓ ਜੀ ਨੰਬਰ 4 ਵਾਲੀ ਰਾਜ ਸਾਹਿਬ ਜਿਹੜੀਆਂ ਦੁੱਧ ਵਾਲੀਆਂ ਮੱਝਾਂ ਨੇ ਨਾ ਬੱਚਾ ਨਾ ਵੀ ਲੈਣਾ ਤੇ ਪਹਾੜੇ ਤੁਹਾਨੂੰ ਪਤਾ ਫਿਰ ਦੁੱਧ ਦੇ ਦਿੰਦੀਆਂ ਨੇ ਤੇ ਚੰਗੀ ਸ਼ਾਇਦ ਜਿਹੜੀ ਹੁੰਦੀ ਹੈ ਉਹ ਚੰਗੀ ਹੁੰਦੀ ਜੀ ਬਿਹਤਰ ਹੋ ਗਿਆ
ਲਿਆ ਇੱਧਰ ਬਾਈ ਅੱਗੇ ਬਾਈ ਲਿਆਓ ਜੀ ਨੰਬਰ 4 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ ਹੈ ਗੱਬਣ ਹੈ ਜੀ ਹਾਂਜੀ ਠੀਕ ਹੈ ਬਿਲਾਲ ਸਾਹਿਬ ਕਿੰਨਵਾਂ ਸਵਾ ਨੇ ਸੋਣਾ ਸਵਾ ਦੂਸਰਾ ਸੋਣਾ ਚੰਗੀ ਬਰੀਕ ਝੋਟੀ ਹੈ ਮਾਸ਼ਾਅੱਲਾ ਜੀ ਬਰੀਕ ਪੁਛਲ ਹੈ ਬਟਨ ਵੀ ਦੋਸਤਾਂ ਵੇਖ ਲੈਣੇ ਨੇ ਗੱਬਣ ਹੈ ਲਿਬਾਸ ਕਰ ਗਈ ਹੈ ਮਾਸ਼ਾਅੱਲਾ ਜੀ ਗੁਲਾਈ 'ਚ ਤਾਂ ਲਿਬਾਸ ਚੌੜਾ ਪੁੱਠਾ ਵੇ ਸਿੰਗਲ DN ਨੰਬਰ ਆ ਗਈ ਹੈ 4 ਤੇ ਬਾਈ ਜ਼ਰਾ ਸਿੱਧੀ ਕਰੇ ਉਹਨੂੰ ਸਵਾ ਦੂਸਰਾ ਸੋਣਾ ਹਾਂਜੀ ਦਿਨ ਕਿੰਨੇ ਕੁ ਲੈਂਦੀ ਹੈ ਬਈ ਦਿਨ ਫੜਾ ਸਾਹਿਬ ਕੋ 7 ਕਿ ਲੈਂਦੀ 7 ਕਿ ਦਿਨ ਲੈਂਦੀ ਹੈ ਵੀ ਮਾਸ਼ਾਅੱਲਾ ਜੀ ਤੇ ਲਿਬਾਸ ਦੋਸਤਾਂ ਫਿਰ ਵੇਖੇ ਤੇ ਬਰੀਕ ਫਰਾਜ਼ ਸਾਹਿਬ ਵੇਖੋ ਜਿਵੇਂ ਦੇ ਸ਼ੰਕਰਾ ਮਾਸ਼ਾਅੱਲਾ ਜੀ ਇਹ ਕਾਗਜ਼ ਨਹੀਂ ਹੁੰਦਾ ਤੇ ਪੂਛਲ ਵੇਖੋ ਡਰਦੀ ਵੀ ਮਸਾ ਕੋ ਖਲਾਰ ਭਾਈ ਆਪੀ ਜਰਾ ਪਰਲੀ ਸਾਈਡ ਤੇ ਹੋਣਾ ਕੈਮਰੇ 'ਚ ਮੁਕੰਮਲ ਨਜ਼ਰ ਆਏ ਮਾਸ਼ਾਅੱਲਾ ਜੀ ਆਹ ਚੈੱਕ ਕਰੋ ਜੀ ਰਵੇਲ ਹਾਈਟ ਦੋਸਤਾਂ ਚੈੱਕ ਕਰਨੀ ਮਾਸ਼ਾਅੱਲਾ ਜੀ ਵਾਨਾ ਡੱਬਲ ਹੈ ਥਣਾਂ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਹੈ ਦਿਨ 7 ਕਿ ਲੈ ਰਹੀ ਹੈ ਨੰਬਰ ਆ ਗਈ ਹੈ 4 ਤੇ ਗੱਬਨ ਝੋਟੀ ਮਾਸ਼ਾਅੱਲਾ ਜੀ ਤੇ ਚੰਗੀ ਸਿਹਤਮੰਦ ਤੇ ਬਟਨ ਵੀ ਵੇਖਿਓ ਬਟਨ ਮੈਂ ਚੈੱਕ ਕਰਾਇਆ ਨੇ ਸੁਬੇਦਾਰ ਸਾਹਿਬ ਫਿਰ ਦੋਸਤਾਂ ਨੂੰ ਲਾਓ ਬਾਈ ਇਧਰ ਜ਼ਰਾ ਲੰਮੀ ਟੋਰ ਕੇ ਲਾਓ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਇੱਧਰ ਭਾਈ ਐਂ ਜ਼ਰਾ ਟੋਰ ਕੇ ਲਾਓ ਠੀਕ ਹੈ ਲਾਓ ਬਾਈ ਲਓ ਦੋਸਤੋ ਮਾਸ਼ਾਅੱਲਾ ਜੀ ਲਿਬਾਸ ਫਿਰ ਵੇਖ ਲੈਣ ਠੀਕ ਹੈ ਬਾਈ ਲੈ ਚਲੋ ਵਾਨਾ ਡੱਬਾ ਲਾ ਜੀਵ ਲਾਲ ਸਾਹਿਬ ਝੋਟੀ ਨੰਬਰ 4 ਦਾ ਰੇਟ ਸਭ ਕੇ ਭਰਾ ਖਾਂ ਦੇ 3,35,000 ਨੰਬਰ 4 ਤੇ ਚੈੱਕ ਕਰਾਈਏ ਕੀਮਤ ਡਿਮਾਂਡ 3,35,000 ਹਾਂਜੀ ਬਲਾਲ ਸਾਹਿਬ ਕਹੇ 3 ਨੰਬਰ ਦਾ ਸ਼ੋਕ ਕਰਾ ਇਹ ਚੈੱਕ ਕਰੋ ਜੀ ਬਲਾਲ ਸਾਹਿਬ ਬੜੀ ਵੇਰ ਮਾਸ਼ਾਅੱਲਾ ਝੋਟੀ ਇਹ ਆਲਰੇਡੀ ਅਗੇ ਚੈੱਕ ਕਰਾ ਦਿੱਤੀ ਹੈ ਤੇ ਬਲਾਲ ਸਾਹਿਬ ਕਹਿ ਰਹੇ ਨੇ ਫਿਰ ਸ਼ੋਕ ਕਹਿੰਦੇ ਨੇ ਟਾਈਮ ਹੋਇਆ ਤੇ ਫਿਰ ਸ਼ੋਕ ਕਰਾਵਾਂ ਹਾਂ ਜੀ ਤਸਵੀਰ ਵਿੱਚ ਮੇਰੀ ਨਾਲ ਪਲਾ ਦੇਖੋ ਮਾਸ਼ਾਅੱਲਾ ਪੁੱਠਾ ਕੋਈ ਲਾੜੀਏ ਜੀ ਲਾਵੇ ਚ ਨਹੀਂ ਹੁੰਦਾ ਐਡਾ ਬਾਈ ਲਿਆਓ ਜੀ ਗਾਂ ਲਿਆਓ ਆਸਮ ਸਾਹਿਬ ਅਗੂ ਜਾਨਵਰ ਰੈਡੀ ਰੱਖਣਾ ਇਹ ਗੱਬਣ ਹੈ ਹਾਂਜੀ ਮਾਸ਼ਾਅੱਲਾ ਜੀ ਵੈਰ ਨੰਬਰ 1 ਆ ਗਈ ਹੈ 55 ਵੈਲੇ ਚੰਗੀ ਸਿਹਤਮੰਦ ਦੇ ਥਣ ਵੀ ਸੋਹਣੇ ਪਾਵਰਫੁਲ ਮੱਝਾਂ ਦੇ ਲੱਗੇ ਨੇ ਤੇ ਟੋਰ ਪਹਿਲਵਾਨ ਵਾਲੀ ਕਿੰਨਵਾ ਸੁਆ ਨੇ ਸੋਹਣਾ ਤੇ ਦਿਨ ਕਿੰਨੇ ਕੁ ਲੈ ਰਹੀ ਹੈ ਲਾ ਰਹੀ ਹਾਂ ਬਰ ਖੁਰਾ ਸਾਹਿਬ ਦੂਸਰਾ ਸੁਆ ਸੋਹਣਾ ਫਿਰ ਸਾਊ ਮੇਰੇ ਸੋਹਣੇ ਮਾਲ ਮੱਝ ਦੀ ਮਾਈ ਤੇ ਗਾਂ ਦੀ ਗਾਂ ਵੇਖੋ ਆ ਚੈੱਕ ਕਰੋ ਜੀ ਸਭ ਤੋਂ ਵੱਡੀ ਗੱਲ ਸ਼ਰਾਫਤ ਦੋਸਤਾਂ ਵੇਖਣੀ ਹੈ ਭੋਲੀ ਬੜੀ ਬਲਾਲ ਵੇਖੀ ਟਪਾਹੜ ਨਾਲ ਤੂੰ ਜਾਨਵਰ ਨਹੀਂ ਨਹੀਂ ਬੜੀ ਸਾਊ ਮਾਸ਼ਾਅੱਲਾ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਚੌੜਾ ਪੁੱਠਾ ਵੀ ਭੋਲੀ ਸੀ ਦਿਨ ਕਿੰਨੇ ਦੱਸੇ ਨੇ ਬਲਾਲ ਸਾਹਿਬ ਦਿਨ ਫਰਾ ਸਾਹਿਬ 5 ਲੈਂਦੀ ਜੇ ਮਾਲ ਕੋ 5 ਕਿ ਦਿਨ ਲੈਂਦੀ ਮਾਸ਼ਾਅੱਲਾ ਇਹ 4 ਲਾਈਏ 6 ਲਾਈਏ ਅੰਦਾਜ਼ਾ ਨਹੀਂ ਨੇ ਜਿਹੜੇ ਦਿਨ ਦੱਸੀ ਦੇਣਾ ਅੰਦਾਜ਼ਨ ਹੁੰਦੇ ਨੇ ਬਾਈ ਇੱਧਰ ਨੂੰ ਟੋਲੋ ਲੰਮੀ ਜ਼ਰਾ ਜ਼ਰਾ ਉਹ ਵੇਖੀ ਵਿੱਚ ਬਿੱਲੀ ਬੈਠੀ ਆ ਉਹ ਬਿੱਲੀ ਆ ਚੈੱਕ ਕਰੋ ਮਾਸ਼ਾਅੱਲਾ ਜੀ ਥਾਨ ਦੋਸਤਾਂ ਫਿਰ ਵੇਖ ਲੈਣੇ ਨੇ ਸੋਹਣੇ ਪਾਵਰਫੁਲ ਮੱਝਾਂ ਦੇ ਕਰ ਲੱਗੇ ਦਿਨ 5 ਕਿ ਲੈ ਰਹੀ ਹੈ ਪੁੱਠਾ ਵੀ ਦੋਸਤਾਂ ਵੇਖ ਲੈਣੇ ਨੰਬਰ ਆ ਗਈ ਹੈ ਕਿਤੇ ਜਾਣ ਤੋਂ ਭਾਈ ਅਮਰ ਹੋ ਗਈ ਤਸੱਲੀ ਕੀ ਨਸਲ ਹੈ ਬਲਾਲ ਸਾਹਿਬ ਦੀ ਸਾਈਵਾਲ ਦੇ ਚੋਲਸਤਾਨੀ ਸਾਈਵਾਲ ਦੇ ਚੋਲਸਤਾਨੀ ਮਾਸ਼ਾਅੱਲਾ ਗਰਮੀ ਦਾ ਬਿਲਕੁਲ ਕੋਈ ਹੋਲ ਪਾਲ ਮੱਝ ਦੀ ਮੱਝ ਤੇ ਗਾਂ ਦੀ ਗਾਂ ਖੁਦ ਫੈਟ ਵਾਲਾ ਹੋਏ ਦਾ ਤੇ ਮੱਝ ਦੀ ਮੱਝ ਤੇ ਗਾਂ ਦੀ ਗਾਂ ਵੇ ਕਰਿਓ ਬਲਾਲ ਸਾਹਿਬ ਖੜਾਕ ਜ਼ਰਾ ਜਰਸੀ ਵੀ ਹੈ ਜਫਰਾ ਸਾਹਿਬ ਜੀ ਠੀਕ ਹੈ ਸੁਬੇਦਾਰ ਸਾਹਿਬ ਜਫਰਾ ਸਾਹਿਬ ਇਹ ਜੀਆਂ ਵੈੜੀ ਦੇ ਮੁੱਲ 270-75 ਹੈ ਆਹਾਂ ਤੁਹਾਡਾ ਪਤਾ ਕਿਤੇ ਰੇਟ ਜਿਆਦਾ ਹੈ 235 ਦੀ ਵੈੜੀ ਦੇ 235,000 ਨੰਬਰ 1 ਤੇ ਚੈੱਕ ਕਰਾਈਏ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਹੈ ਇਹ ਚੈੱਕ ਕਰੋ ਜੀ ਲਿਬਾਸ ਵੀ ਦੋਸਤਾਂ ਵੇਖਣਾ ਬਾਈ ਟੋਰੋ ਜ਼ਰਾ ਜੀਵ ਲਾਲ ਸਾਹਿਬ ਕਿੰਨਵਾਂ ਸੁਆ ਸੂਈ ਹੈ ਸੁਆ ਦੂਸਰਾ ਸੂਈ ਫੁਸ਼ਲ ਫੜਾ ਜ਼ਰਾ ਮਾਸ਼ਾਅੱਲਾ ਜੀ ਜਿਸਾਮਾ ਦੇ ਹਿਸਾਬ ਨਾਲ ਥੱਲੇ ਸੋਹਣਾ ਮੈਦਾਨ ਲਾਇਆ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ 2 ਤੇ ਸੁਆ ਦੂਸਰਾ ਸੂਈ ਹੈ ਬਾਈ ਇੱਥੇ ਜ਼ਰਾ ਖਿਲਾਰੋ ਆਪੀ ਪਰਲੀ ਸਾਈਡ ਤੇ ਹੋਣਾ ਕੈਮਰੇ 'ਚ ਮੁਕੰਮਲ ਨਜ਼ਰ ਆਏ ਆਸਮ ਸਾਹਿਬ ਨਾਲ ਆ ਬਾਈ ਆਸਮ ਅੱਗੇ ਆਓ ਜ਼ਰਾ ਦੇ ਅਗਲੀ ਸਾਈਡ ਤੇ ਆਓ ਕਿਦੋਂ ਦੀ ਸੂਈ ਹੈ ਬਲਾਲ ਸਾਹਿਬ ਇਹਦੇ ਬਾਅਦ ਵੀ 6-7 ਹੋ ਗਏ 6-7 ਦਿਨ ਹੋ ਗਏ ਨੇ ਸੁਆ ਦੂਸਰਾ ਜਾ ਕੀ ਪਿੱਛੇ ਦੇ ਦਾਸਾ ਬੱਚੀ ਜੇਕਰ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਵੇਖਣਾ ਸੁਆ ਦੂਸਰਾ ਮੁਕੰਮਲ ਜ਼ਰਾ ਦੋਸਤਾਂ ਨਜ਼ਾਰਾ ਕਰ ਲੈਣਾ ਠੀਕ ਹੈ ਇਹ ਚੈੱਕ ਕਰੋ ਜੀ ਸ਼ਰਾਫਤ ਵੀ ਦੋਸਤਾਂ ਵੇਖ ਲੈਣੀ ਦੁੱਧ ਵੀ ਕਿੰਨਾ ਮਜਾ ਦੁੱਧ ਕਿੰਨਾ ਇਹਦੇ ਕੋਲ ਦੁੱਧ ਫਰਾ ਸਾਹਿਬ 12 ਕਿਲੋ ਹੋਏਗਾ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 12 ਕਿਲੋ ਲਿਬਾਸ ਵੇਖ ਕੇ ਬਲਾਲ ਸਾਹਿਬ ਜ਼ਿਆਦਾ ਵੀ ਕਹਿ ਸਕਦੇ ਹਨ ਇਹਨਾਂ ਦੀ ਮਿਹਰਬਾਨੀ ਕਿ ਇਹਨਾਂ ਦੋਸਤਾਂ ਨੂੰ ਦੱਸਿਆ 12 ਕਿਲੋ ਮਕਸਦ ਹੈ ਵੇ ਕਿ ਕਿਸੇ ਦੇ ਘਰ ਜਾਏ ਤੇ ਜਾ ਕੇ ਕੋਈ ਕਿਲੋ ਅੱਧਾ ਕਿਲੋ ਜ਼ਿਆਦਾ ਕਰੇ ਘਰ ਜਾ ਕੇ ਇਹ ਪਿੱਛੇ ਬੱਚੀ ਹੈ ਹਾਂਜੀ ਠੀਕ ਹੈ ਮਾਸ਼ਾਅੱਲਾ ਜੀ ਬੱਚੀ ਵੀ ਦੋਸਤਾਂ ਵੇਖਣੀ ਹੈ
ਚੀਜ਼ ਜਿੰਨੀ ਵੀ ਸ਼ਾਨਦਾਰ ਹੈ ਸਿਹਤਮੰਦ ਹੈ ਗੁੱਥੀ ਹੈ ਤੇ ਥੱਲੇ ਪੂਰਾ ਮੈਦਾਨ ਲਾਇਆ। ਹੋਰ ਭਾਈ ਜਾਨ ਕੀ ਨਸਲ ਹੈ ਬਿਲਾਲ ਸਾਹਿਬ ਦੀ? ਸਾਹਿਬ ਵੀ ਸਾਹੀਵਾਲ ਚੁਲਸਤਾਨੀ, ਸਾਹੀਵਾਲ ਤੇ ਚੁਲਸਤਾਨੀ ਮਜ਼ਬੂਤ, ਸਭ ਤੋਂ ਮਜ਼ਬੂਤ ਦੁੱਧ ਵੀ ਸਮਝੋ, ਦੁੱਧ ਵੀ ਮੱਝਾਂ ਤਰ੍ਹਾਂ, ਮਾਝ ਦੀ ਮਾਝ ਤੇ ਗਾਂ ਦੀ ਗਾਂ, ਦੁੱਧ ਫੈਟ ਵਾਲਾ ਯਾਨੀ ਕਿ ਗਾੜਾ ਮੱਝਾਂ ਵਾਲਾ ਹੋਏ ਦਾ। ਹਾਂਜੀ ਸਾਹੀਵਾਲ ਤੇ ਚੁਲਸਤਾਨੀ ਕਰਾਸ ਹੈ, ਗਰਮੀ ਬਿਲਕੁਲ ਨਹੀਂ ਕਰੇ ਜੀ। ਹਾਂਜੀ ਜੀ ਬਿਲਾਲ ਸਾਹਿਬ ਸ਼ਾਹ ਜੱਡਾ ਮਾਸ਼ਾ, ਠੀਕ ਹੈ ਕੀ ਕੀ ਮੈਂ ਦੇਣਾ ਆਪਾਂ ਸੇ ਮਿੰਟ ਆਇਓ ਬੱਲੇ ਬੱਲੇ ਫਟਾਫਟ ਕਰੀਏ ਇਹ ਢੋਲ ਦੇ ਦੋ ਲੱਖ ਪੰਤਾਲੀ ਹਜ਼ਾਰ ਨੰਬਰ ਦੋ ਤੇ ਚੈੱਕ ਕਰਾਈਏ, ਕੀਮਤ ਡਿਮਾਂਡ 2-45। ਅੱਗੇ ਟੋਰੋ ਭਾਈ ਅੱਗੇ ਆ ਗਈ ਨੰਬਰ 3 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਚੁਲਸਤਾਨੀ ਕਰਾਸ ਚ ਕਾਲੇ ਥਾਨ ਲੱਗੇ ਨੇ। ਬਲਾਲ ਸਾਹਿਬ ਕਿੰਨਵਾਂ ਸੁਆ ਸੂਈ ਹੈ ਜੀ? ਬਲਾਲ ਸਾਹਿਬ ਦੂਸਰਾ ਸੁਆ ਸੂਈ ਹੈ, ਸੁਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ। ਕਿਦੋਂ ਦੀ ਸੂਈ ਹੈ? ਐ ਕੋਈ 11 ਵਜੇ ਦੀ ਸੂਈ ਹੈ, ਅੱਜ ਹੀ ਸੂਈ ਹੈ ਭਾਈ। ਇੱਥੇ ਜ਼ਰਾ ਸਿੱਧੀ ਕਰਿਓ, ਐ ਚੈੱਕ ਕਰੋ ਮਾਸ਼ਾਅੱਲਾ ਜੀ। ਹਾਂ ਹੀਟਰ ਵੇਲ ਵੇਖਣੀ ਹੈ, ਕਾਲੇ ਪਾਵਰਫੁਲ ਮੱਝਾਂ ਵਾਲੇ ਥਾਨ ਲੱਗੇ ਨੇ। ਸੁਆ ਦੂਸਰਾ ਸੂਈ ਹੈ, ਅੱਜ ਹੀ ਸੂਈ, ਅੱਜ ਹੀ ਸੂਈ ਹੈ। ਪਹਿਲੀ ਚਵਾਈ ਕੀਤੀ ਹੈ ਬਲਾਲ ਸਾਹਿਬ? ਹਾਂਜੀ ਬਲਾਲ ਸਾਹਿਬ, ਟੋਟਲ ਚਵਾਈ ਕੱਢੀ ਹੈ। ਠੀਕ ਹੈ, ਪਿੱਛੇ ਜਾ ਕੇ ਭਾਈ ਅਸ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ, ਨਾੜੂ ਵੀ ਚੈੱਕ ਕਰਾਓ ਜੀ। ਲੋ ਦੋਸਤਾਂ ਨਾੜੂ ਵੀ ਚੈੱਕ ਕਰਨਾ, ਪਿੱਛੇ ਦੇ ਬੱਚੀ ਹੈ, ਵੈੜ ਨੰਬਰ 3, ਅੱਜ ਹੀ ਸੂਈ ਹੈ, ਸੁਬਾ ਦੂਸਰਾ ਵੇ। ਇੰਜ ਭਾਈ ਘੁਮਾ ਕੇ ਲਿਆ, ਪਹਿਲੀ ਚੁਆਈ 'ਚ ਕਿੰਨਾ ਬੋਲਾ ਕੱਢਿਆ ਬਲਾਲ ਸਾਹਿਬ? ਕੋਈ 8.5 ਕਿਲੋ ਬੋਲਾ, ਇੱਕ ਇਹਦੀ ਚੁਆਈ ਹੋਈ ਹੈ ਪਹਿਲੀ ਚੁਆਈ 'ਚ, ਕੋਈ 8.5 ਕਿਲੋ। ਸੁਬਾ ਦੂਸਰਾ ਵੇ ਕੀ ਨਸਲ ਭਾਈ? ਇੰਜ ਟੋਰੋ ਲੰਮੀ ਫਰੀਜ਼ੀਅਨ ਅਤੇ ਚੁਲਸਤਾਨੀ ਕਰਾਸ, ਫਰੀਜ਼ੀਅਨ ਅਤੇ ਚੁਲਸਤਾਨੀ, ਇਹਦੇ 'ਚ ਵੀ ਚੁਲਸਤਾਨੀ ਕਰਾਸ ਆ ਗਿਆ ਮੱਝਾਂ ਦਾ ਜੀ। ਕਰਾਸ 6 ਬਰੀਡ 6 ਹੈ। ਆਓ ਜੀ ਬਲਾਲ ਸਾਹਿਬ, ਕਰਿਓ ਜ਼ਰਾ ਖੜਾ ਖੜਾ ਕਰੋ ਬਲਾਲ ਸਾਹਿਬ ਦਾ। ਠੀਕ ਹੈ, ਦੁੱਧ ਜ਼ਾਇਆ ਨਾ ਕਰਿਓ, ਠੀਕ ਹੈ। ਤੇਜ ਸਾਹਿਬ ਨੂੰ ਪਿਆਰ ਜੀ, ਪੀ ਲਓ, ਪੀ ਲਓ ਤੁਸੀਂ ਜੀ। ਬਲਾਲ ਸਾਹਿਬ ਕੀਮਤ ਡਿਮਾਂਡ 2,70,000। ਟੋਟਲ ਅੱਜ 15 ਜਾਨਵਰ ਨੇ, ਖੀਰੀਆਂ ਬੱਚੀਆਂ ਵੀ ਆਏ ਨੇ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਜੀ ਬਲਾਲ ਸਾਹਿਬ, ਕਿੰਨਵਾਂ ਸੁਆ ਜੀ ਇਹਦਾ? ਭਰਾ ਸਾਹਿਬ ਦੂਸਰਾ ਸੁਆ ਵੈੜੀ ਸੂਈ ਜੀ, ਅੱਛਾ ਹੈ ਵੀ ਮੀਣੀ ਸਿੰਗਲ ਦੇ। ਦਰਿਆਓ ਪਾਰ ਵੀ ਪਤਾ ਵੀ ਮੈਂ ਡੁੱਬ ਵੀ ਜਾਣਾ, ਉਹਨੂੰ ਅੱਖਾਂ ਮੀਟ ਕੇ ਖਰੀਦ ਲਓ, ਠੀਕ ਹੈ। ਜਾ ਬੱਚਾ ਪਿੱਛੇ, ਬੱਚਾ ਕੱਚਾ ਨਾੜੂ ਨਾਲ ਹੀ ਵੇਖੋ, ਇਹ ਨਾੜੂ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਫੋਕਸ ਕਰ ਲੈਣਾ, ਕੋਈ ਨੀ ਲਾਂਦਾ ਪਿਆ ਮੀਣੀ ਹੈ, ਠੀਕ ਹੈ ਭਾਈ। ਅਲ ਗਾਜੇ ਚੱਕਰ ਲਵਾ ਕੇ ਲਿਆਓ। ਸੁਬਾਹ ਕਿੰਨਵਾਂ ਸੂਈ ਹੈ ਬਲਾਲ ਸਾਹਿਬ? ਅੱਜ ਸੁਬਾਹ ਸੂਈ ਹੈ, ਪਹਿਲੀ ਚੁਆਈ ਕੀਤੀ ਹੈ, ਠੀਕ ਹੈ। ਪਹਿਲੀ ਚੁਆਈ 'ਚ ਕਿੰਨਾ ਬੋਲਾ ਕੱਢਿਆ? 6 ਕਿਲੋ ਬੋਲਾ, ਇੱਕ ਇਹਦੀ ਚੁਆਈ ਹੋਈ ਹੈ, ਸੁਬਾਹ ਹੀ ਸੂਈ ਹੈ, ਸੁਬਾਹ ਦੂਸਰਾ ਵੇ। ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ, ਲਿਆਓ ਭਾਈ ਅਮਰ, ਕੀ ਨਸਲ ਹੈ ਬਲਾਲ ਸਾਹਿਬ ਦੀ? ਜਰਸੀ ਤੇ ਚੁਲਸਤਾਨੀ ਕਰਾਸ। ਆਓ ਜੀ ਨੰਬਰ, ਕਰਾਹੜੀ ਸੂਬੇ ਦਾ ਸਭ ਮੁਕੰਮਲ ਹੋ ਗਈ ਸਰ।
ਵੈਡ ਨੰਬਰ 4 ਜੀਵ ਲਾਲ ਸਾਹਿਬ ਕਰਿਓ ਜ਼ਰਾ ਖੜਾ ਕੇ ਤੁਹਾਨੂੰ ਸੋਹਣੇ ਪਾਵਰਫੁਲ ਥਾਨੇ ਮਾਸ਼ਾਅੱਲਾ ਤੇ ਉਹਨੀ ਦੇਰ ਉਹ ਗਾਂ ਦੇ ਬੱਚਾ ਲਾ ਕੇ ਵਿਖਾ ਲਓ ਜਾਦੂ ਲੈ ਕੇ ਲਾ ਬੱਚਾ ਨਾਗਲੇ ਦਾ ਕੰਮ ਸਵਾਦ ਤੇ ਕਰੀ ਜਾਂਦਾ ਪਤਾ ਲੱਗੇ ਕਿਸੇ ਨੂੰ ਕਹੇਗੇ ਤਾਂ ਉਹ ਨਾ ਕਰੋ ਅੱਗੇ ਕਰੋ ਜਾ ਬੋਲੋ ਵੇਖੋ ਫਣ ਪਾ ਮੂੰਹ ਫਣ ਪਾਓ ਨਾਲ ਕਰ ਠੀਕ ਹੈ ਲਾਓ ਕੀਮਤ ਲਾਲ ਸਾਹਿਬ ਜੀ ਜੀ ਲਾਲ ਸਾਹਿਬ ਕੇ ਭਰਾ ਨੂੰ ਪਸੰਦ ਆਏ 2,05,000 ਨੰਬਰ 4 ਤੇ ਚੈੱਕ ਕਰਾਈਏ ਮਾਸ਼ਾਅੱਲਾ ਜੀ ਕੀਮਤ ਡਿਮਾਂਡ ਮੁੱਲ ਜਾਇਜ਼ ਲਾ ਰਹੇ ਜੋ ਜੀ ਬਿਹਤਰ ਹੋ ਗਿਆ 2,05,000 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਭਾਈ ਅਮਰ ਜਾ ਕੇ ਕਰਿਓ ਜ਼ਰਾ ਮਿਹਰਬਾਨੀ ਕਰਿਓ ਅਦੇ ਵੀ ਮਾਸ਼ਾਅੱਲਾ ਜੀ ਕਾਲੇ ਥਾਨੇ ਪਿੱਛੇ ਜਾ ਕੇ ਬੱਚਾ ਬੱਚੀ ਬੱਚੀ ਮਾਸ਼ਾਅੱਲਾ ਜੀ ਬੱਚੀ ਆ ਵੀ ਖੂਬਸੂਰਤ ਹੈ ਭਾਈ ਬੱਚੀ ਪਹਿਲੇ ਸਾਹਮਣੇ ਕਰਿਓ ਜੀ ਬੱਚੀ ਬੁਲਾਵੇ ਜਰਸੀ ਬੱਚੀ ਲਓ ਦੋਸਤੋ ਜਾ ਕੇ ਵੇਖਣਾ ਮਾਸ਼ਾਅੱਲਾ ਜੀ ਦੱਸੋ ਵੇਖੋ ਵੈਰੀ ਭਾਈ ਬਲਾਲ ਬੱਚੀ ਦਾ ਚਿਹਰਾ ਚੈੱਕ ਕਰਾਓ ਮੈਂ ਖਾਣਾ ਨਹੀਂ ਖਾਣਾ ਇਹ ਬੜੀ ਬਣਾਈ ਤੇ ਬਹਿ ਗਿਆ ਉਹ ਜਿਨ੍ਹਾਂ ਨੇ ਧੱਕੇ ਖਾਧੇ ਹੋਣ ਸਾਈਕਲ ਚਲਾ ਕੇ ਤੇ ਵੇਖੋ ਜੀ ਜੀ 300 ਦਾ ਸਾਈਕਲ ਚਲਾ ਕੇ ਸ਼ਹਿਰ ਜਾਂਦਾ ਤੇ ਜਿਹੜਾ ਡਾਇਰੈਕਟ ਕਾਰ ਤੇ ਬਹਿ ਗਿਆ ਹੋਏ ਇੱਥੇ ਬਾਦਦਾਰੀ ਇੱਧਰ ਇੱਕ ਵਾਲਦਾ ਹੀ ਲਾਈ ਸਾਈਕਲ ਚਲਾ ਕੇ ਜਦੋਂ ਸਾਈਕਲ ਚਲਾ ਕੇ ਹੁੰਦਾ ਰਿਹਾ ਬੱਚੀ ਮੈਂ ਗਾੜੀਆਂ ਨਿਕਲ ਪਾਣੀ ਤੇ ਵੇਖੋ ਐ ਚੈੱਕ ਕਰੋ ਮਾਸ਼ਾਅੱਲਾ ਜੀ ਕੀ ਬਾਤ ਸੋਹਣੇ ਲੱਗਦੇ ਹੋ ਸੂਬੇ ਦਾ ਹੁਣ ਹੁਣ ਹੋਰ ਸੋਹਣੇ ਲੱਗਦੇ ਹੋ ਟੋਰਿਓ ਮਾਸ਼ਾਅੱਲਾ ਜੀ ਇਹ ਪਿੱਛੇ ਦੇ ਬੱਚੀ ਹੈ ਇੱਧਰ ਕਰਮ ਵਾਲੀਆਂ ਦੋਈ ਨੇ ਕਾਲੇ ਥਣ ਲੱਗੇ ਨੇ ਨੰਬਰ ਆ ਗਈ ਹੈ ਤਿੰਨ ਹੋ ਗਏ ਨੇ ਬੋਲੇ ਤੇ ਬੋਲਾ ਦੋਵਾਂ ਟਾਈਮਾਂ ਦਾ ਟੋਟਲ 11 ਕਿਲੋ ਹੋਏ ਦਾ ਸੁਬਾਹ ਦੂਸਰਾ ਵੇ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਕਾਲੇ ਥਣ ਲੱਗੇ ਨੇ ਠੀਕ ਹੈ ਭਾਈ ਲੈ ਚਲੋ ਕੀ ਨਸਲ ਹੈ ਬਿਲਾਲ ਸਾਹਿਬ ਮਾਸ਼ਾਅੱਲਾ ਜੀ ਛੱਡ ਕੇ ਚਾਰ ਦੰਦ ਜੀ ਜੀ ਬੱਚੇ ਨੂੰ ਛੱਡ ਕੇ ਮੈਂ ਇਹੋ ਜਿਹੀ ਠੀਕ ਹੈ ਬਿਲਾਲ ਸਾਹਿਬ ਦੀ ਲੈ ਭਾਈ ਖਰਾਕ ਜੀ ਅੱਜ 1,95,000 ਨੰਬਰ 6 ਤੇ ਚੈੱਕ ਕਰਾਈਏ ਪਿੱਛੇ ਬੱਚਾ ਵੇ ਪਹਿਲੇ ਨੇ 4 ਦਾ ਦੀ ਕੀਮਤ ਡਿਮਾਂਡ 1,95,000 ਥਾਂ ਦੋਸਤਾਂ ਫਿਰ ਵੇਖ ਲੈਣੇ ਨੇ ਪਹਿਲੇ ਨੂੰ ਅੱਗੇ ਤੁਹਾਨੂੰ ਸੋਹਣੇ ਲੱਗੇ ਨੇ ਅੱਗੇ ਭਾਈ ਲੈ ਆਓ ਜੀ ਨੰਬਰ 7 ਵਾਲੀ ਲਿਆਓ ਦੂਸਰੀ ਚੈੱਕ ਕਰਾ ਲਓ ਬਾਅਦ 'ਚ ਚੈੱਕ ਕਰਾ ਲਿਓ ਟਾਕੀ ਦੀ ਓਡ ਕਰਦੀ ਐ ਚੈੱਕ ਕਰੋ ਮਾਸ਼ਾਅੱਲਾ ਪੋਲੀ ਵੀ ਬੜੀ ਪੋਲੀ ਵੇਖੋ ਠੀਕ ਹੈ ਲਿਆਓ ਭਾਈ ਕਿਨਵਾ ਸੁਭਾਅ ਨੇ ਸੋਹਣਾ ਰਵੇਲ ਵੀ ਦੋਸਤਾਂ ਵੇਖਣੀ ਹੈ ਟੋਰੇ ਜ਼ਰਾ ਕੀ ਨਸਲ ਹੈ ਬਿਲਾਲ ਸਾਹਿਬ ਦੀ ਜਰਸੀ ਦੇ ਚੋਲਸਤਾਨੀ ਚੀਜ਼ ਪੂਰੀ ਨਵਾਬ ਹੈ ਮਾਸ਼ਾਅੱਲਾ ਜੀ ਥਾਣੀ ਵੀ ਦੋਸਤਾਂ ਵੇਖ ਲੈਣੇ ਨੇ ਨੰਬਰ ਆ ਗਈ ਸੱਤ ਤੇ ਗੱਬਣ ਵੈੜ
ਤੇ ਕੋਈ 5-6 ਦਿਨ ਲੈਂਦੀ ਪਜੀਬ ਲਾਲ ਸਾਹਿਬ ਵੈਟ ਨੰਬਰ 7 ਦਾ ਰੇਟ ਭਰਾ ਸਾਹਿਬ ਕਿਸੇ ਭਰਾ ਨੂੰ ਪਸੰਦ ਆ 2,20,000 ਦੇ ਕਰਦੇ 2,20,000 ਨੰਬਰ 7 ਤੇ ਚੈੱਕ ਕਰਾਈਏ ਕੀਮਤ ਤੇ ਡਿਮਾਂਡ 2,20,000 ਮਾਸ਼ਾਅੱਲਾ ਜੀ ਤੇ ਫਿਰ ਪਾਲ ਅੱਗੇ ਭਾਈ ਲਿਆਓ ਜੀ ਨੰਬਰ 8 ਵਾਲੀ ਅੱਗੇ ਆ ਗਿਆ ਮਾਸ਼ਾਅੱਲਾ ਜੀ ਨੰਬਰ 8 ਤੇ ਆ ਗਿਆ ਚੋਲਿਸਤਾਨੀ ਵੈਟ ਪਿੱਛੇ ਦੇ ਵੀ ਬੱਚਾ ਜੀ ਅੱਛਾ ਇਹ ਚੈੱਕ ਕਰੋ ਮਾਸ਼ਾਅੱਲਾ ਭਾਈ ਆ ਸਮਝਾ ਪਹਿਲੇ ਅੱਗੇ ਕਰੋ ਅੱਗੇ ਕਰ ਖਿਲਾ ਰਿਹਾ ਭਾਈ ਅਮਰ ਇੱਥੇ ਖਿਲਾ ਰੋ ਜ਼ਰਾ ਸੁਆ ਕਿੰਨਾ ਸੂਈ ਹੈ ਬਲਾ ਸੁਆ ਦੂਸਰਾ ਸੂਈ ਹੈ ਨੰਬਰ 8 ਤੇ ਆ ਗਈ ਹੈ ਚੋਲਿਸਤਾਨੀ ਵੈਟ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਤੇ ਪਿੱਛੇ ਬੱਚਾ ਵੇ ਕਿਦੋਂ ਦੀ ਸੂਈ ਹੈ ਬਲਾਲ ਸਾਹਿਬ ਹੈ ਯਾਰ 10 ਕੋ ਗਨੇ ਸੂਈ ਨਾ 10 ਕ ਦਿਨ ਹੋ ਗਏ ਨੇ ਦੁੱਧ ਕਿੰਨਾ ਕਿਤੇ ਕੋਲ ਦੁੱਧ ਫਰਾਜ਼ ਸਾਹਿਬ ਤੇ ਕੋਈ 11 ਕਿਲੋ ਦੋਆਂ ਟਾਈਮਾਂ ਦਾ ਟੋਟਲ ਜਿਹੜਾ ਦੁੱਧ ਦੇ 11 ਕਿਲੋ ਵੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਚੋਲਿਸਤਾਨੀ ਪਿੱਛੇ ਬੱਚਾ ਨੰਬਰ ਆ ਗਈ 8 ਤੇ ਮਾਸ਼ਾਅੱਲਾ ਜੀ ਕਾਦੀ ਚੰਗਾ ਵੇ ਬਾਈ ਲੈ ਬਹੁਤ ਵਜੋ ਅੱਗੇ ਕਰੋ ਜ਼ਰਾ ਬਾਈ ਆਸਮ ਅੱਗੇ ਜਾ ਕਰੋ ਚੁੱਕ ਲਓ ਤਾਕਤ ਹੈ ਮੁੰਡੇ 'ਚ ਬਾਈ ਮੁੰਡਾ ਜਵਾਨ ਹੈ ਆਓ ਬਾਈ ਦੋਸਤੋ ਹਾਈ ਚੈੱਕ ਚਾਰ ਥਣਾਂ ਦੀ ਗਰੰਟੀ ਹੋਏ ਦੀ ਖੀਰੀਆਂ ਦੀ ਗਰੰਟੀ ਹੋਏ ਦੀ ਦੋਂਦੀ ਤੇ ਕੋਈ ਨਹੀਂ ਠੀਕ ਹੈ ਬਾਹਰੋਂ ਚਲੋ ਭਾਈ ਅੱਗੇ ਲਿਆਓ ਨੰਬਰ 2 ਵਾਲੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਜਰਸੀ ਤੇ ਮੋਨੀ ਇਹਦੇ ਵਿੱਚ ਕੋਈ ਕਰਾਸ ਹੈ ਸੂਬੇਦਾਰ ਸਾਹਿਬ ਠੀਕ ਹੈ ਜਰਸੀ ਤੇ ਕੋਈ ਸਾਹੀਵਾਲ ਦਾ ਕਰਾਸ ਲੱਗਦਾ ਪਿਆ ਪ੍ਰਿੰਟ ਜ਼ਬਰਦਸਤ ਤੇ ਮਜ਼ਬੂਤ ਕਰਾਸ ਹੋ ਗਿਆ ਮਾਸ਼ਾਅੱਲਾ ਜੀ ਨੰਬਰ ਆ ਗਈ 2 ਤੇ ਥਣ ਸੋਹਣੇ ਲੱਗੇ ਨੇ ਚਾਰ ਥਣਾਂ ਦੀ ਸੂਬੇਦਾਰ ਸਾਹਿਬ ਗਰੰਟੀ ਹੋਈ ਦੀ ਠੀਕ ਹੈ ਵੀ ਮੋਨੀ ਹੈ ਮਾਸ਼ਾਅੱਲਾ ਜੀ ਪ੍ਰਿੰਟ ਵੀ ਦੋਸਤਾਂ ਵੇਖ ਸੋਹਣੇ ਮਾਲ ਉਹ ਲਿਆ ਦੂਜੀ ਅੱਗੇ ਭਾਈ ਲਿਆਓ ਜੀ ਇਹ ਜਿਹੜੀ ਨੰਬਰ 3 ਤੇ ਆ ਗਈ ਇਹਦੇ ਕਾਲੇ ਥਣ ਨੇ ਮਾਸ਼ਾਅੱਲਾ ਜੀ ਠੀਕ ਹੈ ਜੀ ਮਾਸ਼ਾਅੱਲਾ ਅਲਗਾਜਾ ਚੱਕਰ ਲਵਾ ਦਿਓ ਦਾਵੀ ਵੇਖੋ ਮਾਸ਼ਾਅੱਲਾ ਮੁੰਡੀ ਠੀਕ ਦੇਖੋ ਬਲਾਲ ਸਾਹਿਬ ਕੀ ਨਸਲ ਦੀ ਹੈ ਜਿਹੜੀ ਕਰਾਸ ਹੈ ਫਰੀਜ਼ਨ ਚੋਲਸਤਾਨੀ ਤੇ ਜਰਸੀ ਹੈ ਠੀਕ ਹੈ ਮਾਸ਼ਾਅੱਲਾ ਜਰਸੀ ਦੇ ਫਰੀਜ਼ ਹੈ ਆ ਗਈ ਹੈ ਨੰਬਰ 3 ਤੇ ਉਹ ਲਿਆ ਯਾਰ ਕਾਲੇ ਥਾਨ ਨੇ ਮਾਸ਼ਾਅੱਲਾ ਪਿੱਛੇ ਟੋਰ ਲਵੋ ਇੱਕ ਬੰਦਾ ਠੀਕ ਹੈ ਭਾਈ ਹਲਕਾ ਜਿਹਾ ਚੱਕਰ ਲਵਾ ਦਿਓ 3 ਬੱਚੀਆਂ ਨੇ ਇਹ ਆ ਗਈ ਹੈ ਜਰਸੀ ਕਰਾਸ 'ਚ ਇਹ ਫਰੀਜ਼ੀਅਨ ਅਤੇ ਚੋਲਸਤਾਨੀ ਕਰਾਸ ਹੈ ਇਹ ਮਾਸ਼ਾਅੱਲਾ ਜੀ ਦਾ ਪ੍ਰਿੰਟ ਜ਼ਬਰਦਸਤ ਹੈ 3 ਬੱਚੀਆਂ ਨੇ ਅਤੇ 3 ਖੂਬਸੂਰਤ ਨੇ ਠੀਕ ਹੈ ਸੂਬੇਦਾਰ ਸਾਹਿਬ ਲਿਆਓ ਇਹ ਚੈੱਕ ਕਰ ਲਓ ਮਾਸ਼ਾਅੱਲਾ ਇਹ ਵੀ ਐਕਟਿਵ ਨੇ ਚਲਾ ਭਰਾ ਕੇ ਦੋਸਤਾਂ ਨੂੰ ਚੈੱਕ ਕਰਾ ਦਿੱਤੀਆਂ ਨੇ ਜੀਬ ਲਾਲ ਸਾਹਿਬ ਕੀ ਰੇਟ ਇਹਨਾਂ ਦਾ ਭਰਾ ਸਾਹਿਬ ਉਹ ਕਿਸੇ ਭਰਾ ਨੂੰ ਚੰਗੀ ਲੱਗਦੇ ਦਾਂਗੇ 1,10,000 ਰੁਪਏ ਦੀ ਜਿਹੜੀ ਉਹ ਬਲੈਕ ਤੇ ਵਾਈਟ ਹਾਂਜੀ ਠੀਕ ਹੈ ਇਹ ਕਿਸੇ ਭਰਾ ਨੂੰ ਚੰਗੀਆਂ ਲੱਗਦੇ 90,000 90,000 ਹਾਂਜੀ ਠੀਕ ਹੈ ਉਹ 1,10,000 ਦੀ ਟੋਟਲ ਹੋ ਗਿਆ 2,90,000 ਤੇ ਜਿਹੜਾ 3 ਇਕੱਠੀਆਂ ਲੈ ਉਹਨੂੰ 2,80 ਦੀ ਦੇਖ ਲਾ 2,80 ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਸੁਬੇਦਾਰ ਸਾਹਿਬ ਦਰਮਿਆਨਾ ਜੇ ਕਹੀ ਹੁੰਦੇ ਨਾ ਮੈਂ ਕਹਾਂ ਮੈਂ ਬੜਾ ਬੜਾ ਬੜੀ ਮੇਰੇ ਸੋਹਣੇ ਮਾਲਕ ਦੀ ਜ਼ਾਤ ਏ ਕੋਈ ਬੰਦਾ ਕਹੇ ਨਾ ਮੈਂ ਬੜਾ ਵਾਂ
ਉਹ ਮੱਤ ਗਏ ਮੈਂ ਬੜਾ ਮੈਂ ਬੜੀ ਉਹਦੀ ਜ਼ਾਤ ਏ ਅਤੇ ਦਰਮਿਆਨਾ ਰੱਖ ਗਿਆ ਗਾਵਾਂ ਮੈਂ ਲੈ ਗਿਆ ਮੇਰਾ ਸੋਹਣਾ ਮਾਲਕ ਆਪਣੇ ਕਰਮ ਨਾਲ ਵੇਚਣ ਸੋਹਣਾ ਮਾਲਕ ਨਾ ਮੇਰੀ ਕੋਈ ਬਹਾਦਰੀ ਨਹੀਂ ਮੈਂ ਕੋਈ ਸ਼ਾਇਦ ਮੈਂ ਤਾਂ ਨਾਲ ਆਦਤ ਜਿਹਾ ਬੰਦਾ ਅਤੇ ਨੇਕਰੀ ਦੇ ਪੁੱਤਰ ਨੂੰ ਵੀ ਕਿਹਾ ਮੈਂ ਪੁੱਤਰਾ ਨੇਕਰੀ ਦਾ ਕੰਮ ਕਰ ਮੇਰਾ ਸੋਹਣਾ ਮਾਲਕ ਵੀ ਸਾਥ ਮਾਸ਼ਾਅੱਲਾ ਦੂਸਰਾ ਜਿਹੜੇ ਬੰਦੇ ਨਾ ਅਗਲੇ ਦਾ ਤੂੰ ਵੀ ਗੱਲ ਕਰ ਲੈ ਜਿਹੜੀ ਅਸਲ ਅਸਲ ਮੈਨੂੰ ਅਸਲ ਤੇ ਹੈਂ ਜਿਹੜਾ ਮਾਂ ਪਿਓ ਦਾ ਦੀਵਾਨਾ ਨਾ ਉਹ ਦੁਨੀਆ 'ਤੇ ਕਿਸੇ ਜਗ੍ਹਾ 'ਤੇ ਫਰਾਜ ਸਾਹਿਬ ਹਾਰ ਨਹੀਂ ਖਾਏਗਾ ਹਾਰ ਨਹੀਂ ਖਾਏਗਾ ਹਾਰ ਨਹੀਂ ਖਾਏਗਾ ਪਾਕਿਸਤਾਨ ਜ਼ਿੰਦਾਬਾਦ ਪਾਕ ਆਰਮੀ ਜ਼ਿੰਦਾਬਾਦ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਹੋਈ ਹੈ ਤਾਂ ਮੈਂ ਉਹਦੀ ਮਦਦ ਛੱਡ